ਮੇਰਾ ਸਵਾਲ ਇਹ ਹੈ ਵੀ 2-2.5 ਸਾਲ ਹੋ ਗਏ ਜੀ ਨਗਰ ਕੌਂਸਲ ਦੇ ਅਧਿਕਾਰੀ ਸਾਡੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ। PR 7 ਰੋਡ ਦੇ ਉੱਤੇ ਜਿਹੜੀ ਸੜਕ ਹੈ, ਸੜਕ ਦੇ ਔਰ ਉਹ ਜਿਹੜੇ ਬਿਲਡਰ ਨੇ ਉਹਨਾਂ ਦੇ ਵਿਚਾਲੇ ਜਿੰਨੀ ਵੀ ਜਗ੍ਹਾ ਕਵਰ ਕੀਤੀ ਹੈ ਕਰੋੜਾਂ ਰੁਪਏ ਦੀ ਤੁਹਾਡੇ ਬਿਲਡਰਾਂ ਨੇ। ਹੁਣ ਇਸ ਟਾਈਮ ਬੰਦਾ ਭੇਜੋ, ਮੈਂ ਦਿਖਾ ਦਿੰਦਾ EO ਨੂੰ ਮੈਂ ਗੱਲ ਕਰਦਾ ਇਹਨੂੰ ਜਦੋਂ ਦੇ ਨਾਲ ਜਦੋਂ ਵੀ ਗੱਲ ਹੋਈ ਸਰ, ਇੱਕ ਮਿੰਟ ਜੀ ਮੇਰੀ ਗੱਲ ਸੁਣੋ। ਹਾਂਜੀ, ਪਹਿਲੀ ਗੱਲ ਤਾਂ ਮੇਰਾ ਕੋਈ ਬਿਲਡਰ ਨਹੀਂ, ਨਾ ਮੈਂ ਆਪ ਬਿਲਡਰ ਨਹੀਂ ਸਰ, ਤੁਹਾਡੇ ਦੇਖਣੇ ਤਨ ਨਹੀਂ ਇਸ ਸ਼ਹਿਰ ਦੇ ਬਿਲਡਰ ਹੈ। ਦੇਖੋ ਇਸ ਟਾਈਮ ਸਾਰਾ ਤੁਹਾਡਾ ਹੈ ਜੀ, ਤੁਸੀਂ ਜ਼ਿੰਮੇਵਾਰੀ ਤੁਹਾਡੀ ਹੈ, ਤੁਹਾਡੇ ਅੰਡਰ ਅਧਿਕਾਰੀ ਨੇ, ਪਰ ਇਹਨਾਂ ਦਾ ਇੱਕ ਇੰਸਪੈਕਟਰ ਤੋਂ ਲੈ ਕੇ SDO ਤੋਂ ਲੈ ਕੇ EO ਤੱਕ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੱਸਣ ਦੀ ਲੋੜ ਤਾਂ ਨਹੀਂ ਮੀਡੀਆ ਦੇ, ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ, ਅੱਖਾਂ ਬੰਦ ਕਰਕੇ ਉੱਥੇ ਲੰਘ ਜਾਂਦੇ। ਮੇਰੇ ਹਲਕੇ ਦੇ ਵਿੱਚ ਭਾਵੇਂ ਕੋਈ ਆਫੀਸਰ ਹੈ, ਤੁਸੀਂ ਅੱਜ ਮੇਰੇ ਧਿਆਨ 'ਚ ਲਿਆਇਆ ਕਿ ਸਾਡੇ ਫੋਨ ਤੋਂ ਆਨਾਕਾਨੀ ਕਰਦੇ ਨੇ, ਮੈਂ ਜ਼ਰੂਰ ਤੁਹਾਨੂੰ ਵਿਸ਼ਵਾਸ। EO ਸਾਹਿਬ ਇੱਥੇ ਹੀ ਹੋਣੇ ਜੀ, ਪੁੱਛੋ ਇਹਨਾਂ ਨੂੰ, ਮੈਂ 1-2 ਮਹੀਨੇ ਤੋਂ ਫੋਨ ਕਰ ਰਿਹਾ ਇਹਨਾਂ ਨੂੰ, ਪੁੱਛੋ, ਇਹਨਾਂ ਦੇ ਫੋਨ ਹੀ ਨਹੀਂ ਚੱਕਦੇ। ਮੇਰੀ ਬੇਨਤੀ ਹੈ ਤੁਸੀਂ ਮੈਸੇਜ ਛੱਡਦੇ ਆ, ਇੱਕ ਮਿੰਟ ਜੀ, ਬਾਹਰ ਹੈ, ਮੈਂ ਅੰਦਰ ਹੈ, ਅਸੀਂ 4 ਵਾਰ ਇੱਥੇ ਆ ਚੁੱਕੇ ਹਾਂ ਜੀ। ਵਾਈਟ ਮੇਰੇ ਨਾਲ ਲੈ ਲਓ ਨਾ, ਫਿਰ ਕਰ ਲਿਓ ਜੀ ਜੀ ਸਰ, ਥੈਂਕ ਯੂ। ਤੇ ਗੱਲ ਪਤਾ ਕੀ, ਛੋੜੋ ਤੁਸੀਂ ਮੇਰੇ ਭਰਾ ਹੈਗੇ ਹੋ, EO ਨਹੀਂ ਕੰਮ ਕਰਦਾ ਤੁਹਾਡੀ ਇਹ ਸਾਰੀ ਗੱਲ 'ਚ ਵਿੱਚ ਆ ਗਈ ਜੀ, SDO ਨਹੀਂ ਸੁਣਦਾ ਵਿੱਚ ਆ ਗਈ, MLA ਤੁਹਾਡੀ ਗੱਲ ਨਹੀਂ ਸੁਣਦਾ ਉਹ ਵੀ ਵਿੱਚ ਆ ਗਈ। ਮੈਂ ਕੋਸ਼ਿਸ਼ ਕਰਾਂਗਾ ਕਿ ਮੈਂ ਤੇ ਮੇਰਾ ਸਾਰਾ ਸਟਾਫ ਤੁਹਾਡੇ ਜਿਹੜਾ ਮੀਡੀਆ 4th ਪਿੱਲਰ ਹੈ, ਮੀਡੀਆ ਬਗੈਰ ਨਾ ਸਰਕਾਰਾਂ ਚੱਲਦੀਆਂ ਨੇ ਨਾ ਸਰਕਾਰਾਂ ਦੇ ਕੀਤੇ ਹੋਏ ਕੰਮ ਲੋਕਾਂ ਤੱਕ ਪਹੁੰਚਦੇ ਆ। ਜਦੋਂ ਵੀ ਆਪਾਂ ਕਾਰਪੋਰੇਸ਼ਨ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗੱਲਬਾਤ ਕਰਦੇ ਹਾਂ, ਅਸੀਂ 2-2 ਸਾਲ ਤੋਂ ਇਹਨਾਂ ਦੇ ਧਿਆਨ 'ਚ ਲਿਆਉਂਦੇ ਹਾਂ, ਪਰ ਇਹ ਕੋਈ ਕਾਰਵਾਈ ਤਾਂ ਕਰਦੇ ਨਹੀਂ। ਛੋਟੇ ਵੀਰ, ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਉਹ ਖੇਤ ਕੱਤਕ ਬਚੂਗਾ, ਇਹ ਤਾਂ ਵਿਚਾਰਾ ਜਿਹੜਾ ਜੀਰਕਪੁਰ ਸ਼ਹਿਰ ਹੈ ਇਹ ਰਖਵਾਲੇ ਹੀ ਇਹਨੂੰ ਖਾ ਗਏ ਹੁਣ। ਇਹ ਤੁਹਾਡੇ ਪਿਆਰ ਦੇ ਸਤਿਕਾਰ ਕਰਕੇ ਤੁਸੀਂ ਇਸ ਸੀਟ 'ਤੇ, ਤੁਹਾਨੂੰ ਲੋਕਾਂ ਨੇ ਪਹੁੰਚਾਇਆ ਆਹ ਜਿਹੜਾ ਨਾ ਜੀ, ਇਹ ਜਿਹੜਾ ਤੁਸੀਂ ਚਲਾਇਆ ਇਸ ਸੀਟ 'ਤੇ ਪਹੁੰਚਣ ਵਾਸਤੇ, ਇਹਦਾ ਬਹੁਤ ਵੱਡਾ ਰੋਲ ਹੈ। ਜਦੋਂ ਤੁਸੀਂ ਆ ਕੇ ਇਹ ਸੰਘ 'ਚ ਫਸਾਉਂਦੇ ਹੋ ਨਾ, ਸੱਚ ਬੋਲਣ ਨੂੰ ਦਿਲ ਕਰਦਾ ਫਿਰ ਵੀ ਆਹ ਚੀਜ਼ ਤਾਂ ਲੋਕ ਘੱਟੋ ਘੱਟ ਜਿਹੜੀ ਆ ਸ਼ਬਦਾਂ ਦੀ ਤਾਕਤ ਹੈ, ਇਹ ਤੁਹਾਡਾ ਚੈਨਲ A1 ਚੈਨਲ ਹੈ, ਲੋਕਾਂ ਤੱਕ ਇੱਕ ਆਪਣੇ ਹਲਕੇ ਦੇ ਸੇਵਾਦਾਰ ਦੀ ਆਵਾਜ਼ ਨੂੰ ਪਹੁੰਚਾਉਣਗੇ। ਔਰ ਮੈਂ ਤਾਂ ਅੱਜ ਪੰਜਾਬੀਆਂ ਨੂੰ ਬੇਨਤੀ ਕਰਦਾ, ਕੋਈ ਗੱਲ ਨਹੀਂ, ਜਿੱਤ ਹਰ ਬਣੀ ਹੋਈ ਹੈ ਸਾਡੇ, ਅਸੀਂ ਸਾਡਾ ਰਿਜ਼ਲਟ ਇੱਡਾ ਚੰਗਾ ਨਹੀਂ MP ਇਲੈਕਸ਼ਨ 'ਚ ਅਸੀਂ ਦੇ ਸਕਦੇ। ਅਤੇ ਮੈਂ ਛੋਟੇ ਵੀਰ, ਮੈਂ ਇੱਥੇ ਜਦੋਂ MLA ਬਣਿਆ, ਜਿੱਥੇ ਹੱਥ ਪਾਇਆ ਉੱਥੇ ਗੰਦ ਨਿਕਲਿਆ, ਸੀਵਰੇਜ ਪੱਟਿਆ ਗੰਦ ਨਿਕਲਿਆ, ਆਹ ਕੁਰਸੀਆਂ ਦੇ ਉੱਪਰ ਗੰਦ ਪਿਆ ਸੀਗਾ ਜੀ, ਆਹ ਪਰਲੀਆਂ ਕੁਰਸੀਆਂ 'ਤੇ ਗੰਦ ਪਿਆ ਸੀਗਾ, ਆਹ ਤੁਹਾਡੇ ਸਾਹਮਣੇ 350-350 ਕਰੋੜ ਰੁਪਈਏ ਨਾਲ ਤੁਹਾਡੇ EO ਸਹਿਮਾਨ ਜਿਹੜੇ ਜੇਲ੍ਹਾਂ 'ਚ ਵੀ ਜਾ ਰਹੇ। ਅੱਜ ਫਿਰ ਸ਼ੁਕਰ ਕਰੋ, ਉਹ 350 ਕਰੋੜ ਵਾਲੇ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਸੀ, ਇਹ ਤਾਂ ਇਕੱਲਾ ਫੋਨ ਹੀ ਘੱਟ ਵੱਧ ਸੁਣਦੇ ਹੋਣਗੇ। PR 7 ਦੇ ਆਲੇ ਦੁਆਲੇ ਬਿਲਡਰਾਂ ਨੇ ਜਿਹੜੇ ਕਬਜ਼ੇ ਕੀਤੇ, ਉਹਨਾਂ 'ਤੇ ਕਿਹਦੀ ਜ਼ਿੰਮੇਵਾਰੀ ਬਣਦੀ ਹੈ, ਪਲੀਜ਼ ਉਹ ਇਹਨਾਂ ਨੂੰ ਇੱਕ ਵਾਰ ਜ਼ਰੂਰ। ਮੈਂ ਜਿਹੜੀ ਤੁਸੀਂ PR 7 ਤੇ ਕਬਜ਼ਿਆਂ ਦੀ ਗੱਲ ਕੀਤੀ ਹੈ ਜੀ, ਛੋਟੇ ਵੀਰ, ਜਿਹੜਾ ਤਾਂ ਕੋਈ ਅਣਦੇਖੇ ਦੇਖੇ ਕੁਛ ਹੋਇਆ ਮੈਂ ਕਹਿ ਨਹੀਂ ਸਕਦਾ, ਪਰ ਮੈਂ ਅੱਜ ਹੀ EO ਸਾਹਿਬ ਨੂੰ ਹਦਾਇਤਾਂ ਕਰਨਾ ਸੰਬੰਧਿਤ ਸਟਾਫ ਨੂੰ ਵੀ, ਜੇ ਕਿਤੇ ਕੋਈ ਨਜਾਇਜ਼ ਕਬਜ਼ਾ ਕਿਸੇ ਨੇ ਬਿਲਡਰ ਨੇ ਕੋਈ ਅਜਿਹਾ ਕੀਤਾ, ਉਹਨੂੰ ਜਲਦੀ ਖਾਲੀ ਕਰਵਾਉਣ ਦੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ। ਕਿਉਂਕਿ ਅੱਜ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜ਼ੀਰਕਪੁਰ ਦੀ ਜਦੋਂ ਡਿਵੈਲਪਮੈਂਟ ਹੋਈ ਹੈ, ਅਨਪਲੈਨਡ ਵਿਚਾਰਾ ਜ਼ੀਰਕਪੁਰ ਸ਼ਹਿਰ ਵਸ ਗਿਆ, ਔਰ ਅੱਜ ਇਸ ਹਲਕੇ ਦੇ ਅੰਦਰ ਜ਼ੀਰਕਪੁਰ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਈਆ ਲਾ ਕੇ ਜਿਹੜੇ ਘਰ ਬਣਾਏ ਸੀ ਔਰ ਜਿਹੜੀਆਂ ਜਗ੍ਹਾ ਖਰੀਦੀਆਂ ਸੀ ਉਹ ਵਿਚਾਰੇ ਠੱਗੇ ਹੋਏ ਮਹਿਸੂਸ ਕਰ। ਸਤਿ ਸ਼੍ਰੀ ਅਕਾਲ ਜੀ, ਮੈਂ ਮੋਹਨ ਮਕਬੂਲ, ਤੁਸੀਂ ਦੇਖ ਰਹੇ ਹੋ ਸ਼ਬਦਾਂ ਦੀ ਤਾਕਤ ਦਾ A1 ਮੀਡੀਆ। ਦੋਸਤੋ, ਆਪਾਂ ਮੋਹਾਲੀ ਜ਼ਿਲ੍ਹੇ ਦੇ ਵਿੱਚ ਬੈਠੇ ਹਾਂ, ਜ਼ੀਰਕਪੁਰ ਨਗਰ ਕੌਂਸਲ ਦੇ ਆਫਿਸ ਦੇ ਵਿੱਚ ਅੱਜ ਇੱਕ ਮੀਟਿੰਗ ਚੱਲ ਰਹੀ ਸੀ ਜਿਹਦੀ ਅਗਵਾਈ MLA ਸਾਹਿਬ ਕਰਦੇ ਸੀ, ਰੰਧਾਵਾ ਸਾਹਿਬ ਸਾਡੇ ਨਾਲ ਜੁੜਦੇ ਆ, ਮੀਟਿੰਗ ਸੰਬੰਧੀ ਗੱਲਬਾਤ ਕਰਾਂਗੇ ਤੇ ਹੋਰ ਜਿਹੜੇ ਇੱਥੇ ਕੰਮਕਾਰ ਦੇ ਸੰਬੰਧ ਦੇ ਵਿੱਚ ਵੀ ਅੱਜ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ, ਸਤਿ ਸ਼੍ਰੀ ਅਕਾਲ।
ਸਤਿਕਾਲ ਜੀ, ਸਤਿਕਾਲ ਛੋਟੇ ਵੀਰ, ਬਹੁਤ ਧੰਨਵਾਦ। ਅੱਜ ਸਰ ਮੀਟਿੰਗ ਲਈ ਗਈ ਹੈ ਸਾਰੇ ਨਗਰ ਕੌਂਸਲ ਦੇ ਅਧਿਕਾਰੀ, ਈਓ ਸਾਹਿਬ, ਬਾਕੀ ਵੀ, ਕੀ ਏਜੰਡਾ ਕੀ ਸੀ? ਛੋਟੇ ਵੀਰ, ਅੱਜ ਇੱਕ ਏਜੰਡਾ ਸੀ ਸਾਡਾ ਕਿ ਅੱਜ ਸਾਡੇ ਐਸ ਡੀ ਐਮ ਸਾਹਿਬ, ਈਓ ਸਾਹਿਬ ਦੇ ਸਾਰੇ ਜਿਹੜੇ ਅਧਿਕਾਰੀ ਸੀ ਅਲੱਗ ਅਲੱਗ ਡਿਪਾਰਟਮੈਂਟਸ ਦੇ ਜੀ, ਉਹਨਾਂ ਨਾਲ ਇੱਕ ਰਿਵਿਊ ਮੀਟਿੰਗ ਲਈ ਗਈ ਹੈ ਫਲੱਡਾਂ ਨੂੰ ਲੈ ਕੇ, ਹੜ੍ਹਾਂ ਨੂੰ ਲੈ ਕੇ, ਕਿਉਂਕਿ ਅੱਜ ਤੋਂ ਪਹਿਲਾਂ ਜਿਹੜੀਆਂ ਪੁਰਾਣੀਆਂ ਸਰਕਾਰਾਂ ਨੇ ਜ਼ੀਰਕਪੁਰ ਦੀ ਜਦੋਂ ਡਿਵੈਲਪਮੈਂਟ ਹੋਈ ਹੈ, ਅਨਪਲੈਨਡ ਵਿਚਾਰਾ ਜ਼ੀਰਕਪੁਰ ਸ਼ਹਿਰ ਵਸ ਗਿਆ, ਔਰ ਅੱਜ ਇਸ ਹਲਕੇ ਦੇ ਅੰਦਰ ਜ਼ੀਰਕਪੁਰ ਦੇ ਵਿੱਚ ਲੋਕਾਂ ਨੇ ਕਰੋੜਾਂ ਰੁਪਇਆ ਲਾ ਕੇ ਜਿਹੜੇ ਘਰ ਬਣਾਏ ਸੀ ਔਰ ਜਿਹੜੀਆਂ ਜਗ੍ਹਾ ਖਰੀਦੀਆਂ ਸੀ, ਉਹ ਵਿਚਾਰੇ ਠੱਗੇ ਹੋਏ ਮਹਿਸੂਸ ਕਰਦੇ ਨੇ। ਉਹਦਾ ਕਾਰਨ ਕੀ ਹੈ ਕਿ ਪੁਰਾਣੀਆਂ ਸਰਕਾਰਾਂ 'ਚ ਅਨਪਲੈਨਡ ਸ਼ਹਿਰ ਵਸ ਗਿਆ, ਸੜਕਾਂ ਹੈ ਨਹੀਂ, ਸੀਵਰੇਜ ਹੈ ਨਹੀਂ, ਪਾਣੀ ਹੈ ਨਹੀਂ, ਔਰ ਅਨਸੈਸਰੀ ਬਿਜਲੀ ਦੀਆਂ ਤਾਰਾਂ ਦੇ ਜਾਲ, ਜਿੱਥੇ ਮਰਜ਼ੀ ਦੇਖੋ ਬੁਰੀ ਹਾਲਤ ਹੈ, ਤਰ੍ਹਾਂ ਤਰ੍ਹਾਂ ਲੋਕ ਕਰਦੇ ਪਏ ਆ। 2 ਸਾਲ ਹੋਏ ਮੇਰੀ ਸਰਕਾਰ ਬਣੀ ਨੂੰ ਜੀ, ਔਰ ਕਾਫੀ ਹੱਦ ਤੱਕ ਜ਼ੀਰਕਪੁਰ ਦੀ ਡਿਵੈਲਪਮੈਂਟ ਲਈ ਅਸੀਂ ਕੰਮ ਕੀਤਾ, ਔਰ ਅਸੀਂ ਇੱਕ ਨਵਾਂ ਮਾਸਟਰ ਪਲਾਨ ਵੀ ਤਿਆਰ ਕੀਤਾ ਆਉਣ ਵਾਲੇ ਸਮੇਂ ਦੇ ਵਿੱਚ ਜ਼ੀਰਕਪੁਰ ਨੂੰ ਹੜ੍ਹਾਂ ਤੋਂ ਤੇ ਕੁਦਰਤੀ ਆਫਤਾਂ ਤੋਂ ਬਚਾਇਆ ਜਾ ਸਕੇ, ਕਿਉਂਕਿ ਜ਼ੀਰਕਪੁਰ ਉਹ ਸ਼ਹਿਰ ਹੈ ਜਿਹੜਾ ਪੰਜਾਬ ਦੇ ਵਿੱਚ ਸਭ ਤੋਂ ਅੱਛੀ ਤੇ ਸੋਹਣੀ ਮਿਊਂਸਪਲ ਕਮੇਟੀ ਹੈ। ਲੇਕਿਨ ਮੈਂ ਪੰਜਾਬ ਸਰਕਾਰ ਤੋਂ ਮੰਗ ਵੀ ਕੀਤੀ ਸੀ, ਦੁਬਾਰਾ ਸੀ ਐਮ ਸਾਹਿਬ ਨੂੰ ਫਿਰ ਮਿਲਾਂਗਾ, ਕਿ ਅੱਜ ਇਹ ਜਿਹੜਾ ਜ਼ੀਰਕਪੁਰ ਆ ਮਿਊਂਸਪਲ ਕਮੇਟੀ ਹੈ, ਜਿੱਥੇ ਅੱਜ ਜਿੱਥੇ ਨਗਰ ਕੌਂਸਲ ਦੀ ਜਗ੍ਹਾ ਕਾਰਪੋਰੇਸ਼ਨ ਦੀ ਬਹੁਤ ਵੱਡੀ ਲੋੜ ਹੈ, ਇਸ ਮੰਗ ਨੂੰ ਪਹਿਲ ਦੇ ਆਧਾਰ ਤੇ ਮੈਂ ਸੀ ਐਮ ਸਾਹਿਬ ਨਾਲ ਸ਼ੇਅਰ ਕਰਕੇ ਕੋਸ਼ਿਸ਼ ਕਰਾਂਗਾ ਕਿ ਸਾਡੀ ਸਰਕਾਰ ਦੇ ਟਾਈਮ ਦੇ ਵਿੱਚ ਵਿੱਚ ਹੀ ਨਗਰ ਕੌਂਸਲ ਨੂੰ ਕਾਰਪੋਰੇਸ਼ਨ ਦੇ ਵਿੱਚ ਤਬਦੀਲ ਕਰਕੇ ਡੇਰਾਬੱਸੀ ਹਲਕੇ ਦੇ ਲੋਕਾਂ ਨੂੰ, ਜ਼ੀਰਕਪੁਰ ਹਲਕੇ ਦੇ ਲੋਕਾਂ ਨੂੰ ਇਹ ਜਿਹੜੀਆਂ ਦਿੱਕਤਾਂ ਫੇਸ ਕਰਨੀਆਂ ਪੈ ਰਹੀਆਂ ਉਹ ਤੋਂ ਨਿਜਾਤ ਪਾ ਸਕੇ। ਬਹੁਤ ਵਧੀਆ ਜੀ, ਨਗਰ ਕੌਂਸਲ ਤੋਂ ਕਾਰਪੋਰੇਸ਼ਨ ਦਾ ਇੱਕ ਇਹਨਾਂ ਨੇ ਏਜੰਡਾ ਰੱਖਿਆ, ਸਰਕਾਰ ਤੱਕ ਗੱਲ ਪਹੁੰਚਾਉਣੀ ਹੈ। ਪਰ ਰੰਧਾਵਾ ਸਾਹਿਬ, ਆਪਾਂ ਗੱਲ ਕਰੀਏ ਵੀ ਹਲੇ ਵੀ ਕਿਤੇ ਨਾ ਕਿਤੇ ਜਿੱਥੇ ਅਣਅਧਿਕਾਰਤ ਬਿਲਡਿੰਗਾਂ ਉਸਾਰੀਆਂ ਜਾਂਦੀਆਂ ਨੇ, ਤੇ ਜਦੋਂ ਵੀ ਆਪਾਂ ਕਾਰਪੋਰੇਸ਼ਨ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਗੱਲਬਾਤ ਕਰਦੇ ਹਾਂ, ਅਸੀਂ 2-2 ਸਾਲ 7 ਸਾਲ ਤੋਂ ਇਹਨਾਂ ਦੇ ਧਿਆਨ 'ਚ ਲਿਆਉਂਦੇ ਹਾਂ, ਪਰ ਇਹ ਕੋਈ ਕਾਰਵਾਈ ਤਾਂ ਕਰਦੇ ਨਹੀਂ। ਛੋਟੇ ਵੀਰ, ਜਦੋਂ ਬਾੜ ਖੇਤ ਨੂੰ ਖਾਣ ਲੱਗ ਜੇ ਤਾਂ ਫਿਰ ਉਹ ਖੇਤ ਕਦ ਤੱਕ ਬਚੂਗਾ? ਇਹ ਤਾਂ ਵਿਚਾਰਾ ਜਿਹੜਾ ਜ਼ੀਰਕਪੁਰ ਸ਼ਹਿਰ ਹੈ, ਇਹ ਰਖਵਾਲੇ ਹੀ ਇਹਨੂੰ ਖਾ ਗਏ ਹੁਣ ਤੱਕ। ਲੇਕਿਨ ਚਲੋ ਕੋਈ ਗੱਲ ਨਹੀਂ, ਰੱਬ ਨੇ, ਪਰਮਾਤਮਾ ਨੇ ਮੇਰੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ 'ਚ ਬਣਾਈ, 92 MLA ਬਣੇ, ਤੇ ਸਾਨੂੰ, ਮੈਨੂੰ ਵੀ ਇੱਕ ਸਧਾਰਨ ਜਿਹੇ ਕਿਸਾਨ ਆਦਮੀ ਨੂੰ ਜ਼ੀਰਕਪੁਰ ਦੇ ਲੋਕਾਂ ਨੇ, ਡੇਰਾਬੱਸੀ ਹਲਕੇ ਦੇ ਲੋਕਾਂ ਨੇ ਇੱਕ ਸੇਵਾ ਕਰਨ ਦਾ ਮੌਕਾ ਦਿੱਤਾ, ਕਿਉਂਕਿ ਅਸੀਂ ਲੋਕ ਨਾ ਜੀ ਗਰਾਊਂਡ ਤੋਂ, ਪਿੰਡ ਦੀਆਂ ਸਰਪੰਚੀਆਂ ਤੋਂ ਲੈ ਕੇ ਅਸੀਂ ਤੁਰੇ ਹੋਏ ਲੋਕ ਹਾਂ, ਅਸੀਂ ਲੋਕਾਂ ਦਾ ਦੁੱਖ ਦਰਦ ਜਾਣਦੇ ਹਾਂ। ਅਸੀਂ ਬੜੀ ਮਿਹਨਤ, ਮੇਰੀ ਸਰਕਾਰ ਨੇ, ਮੇਰੇ ਮਾਨ ਸਾਹਿਬ ਨੇ ਪੰਜਾਬ ਦੇ ਕੋਨੇ ਕੋਨੇ 'ਚ ਜਾ ਕੇ ਪੰਜਾਬ ਦੇ ਲੋਕਾਂ ਦੀ ਹਰ ਇੱਕ ਮੁਸ਼ਕਲ ਨੂੰ ਸੁਣ ਕੇ ਤੇ ਉਹਦੇ ਹੱਲ ਕੱਢਣ ਦਾ ਜ਼ਰੂਰ ਜਿਹੜਾ ਢੰਗ ਤਰੀਕਾ ਲੱਭਿਆ ਸੀ ਬਹੁਤ ਵਧੀਆ। ਔਰ ਤੁਸੀਂ ਦੇਖਿਆ ਹੋਵੇਗਾ ਕਿ ਪਿਛਲੇ ਮੁੱਖ ਮੰਤਰੀਆਂ ਨੂੰ ਘੱਟੋ ਘੱਟ MLA ਜ਼ਿਆਦਾ ਨਹੀਂ ਤਾਂ 5 ਸਾਲਾਂ 'ਚ ਇੱਕ ਅੱਧਰੀ MLA ਮਿਲਦਾ ਹੁੰਦਾ ਸੀ, ਉਹ ਵੀ ਕਿਤੇ ਵੱਡੇ ਮਹਿਲ 'ਚ ਬੁਲਾ ਲੈਂਦੇ ਸੀ ਬਾਹਰ, 6-6 ਘੰਟੇ ਵਿਚਾਰੇ ਵੇਟ ਕਰਕੇ, ਉਹਨਾਂ ਦੇ ਪਾਰਟੀ ਦੇ ਪ੍ਰਧਾਨ ਵੀ ਲੜ ਲੁੜ ਕੇ ਚਲੇ ਜਾਂਦੇ ਸੀ। ਮੇਰਾ ਮੁੱਖ ਮੰਤਰੀ ਹਰ ਇੱਕ MLA ਨੂੰ, ਹਰ ਇੱਕ ਬਲਾਕ ਪ੍ਰਧਾਨ ਤੱਕ, ਈਵਨ ਟੂ ਸਾਡੇ ਕੋਆਰਡੀਨੇਟਰ ਬੂਥਾਂ ਤੇ ਬੈਠਣ ਵਾਲੇ ਬੰਦਿਆਂ ਨੂੰ, ਲੋਕਾਂ ਨੂੰ ਮੇਰਾ ਮੁੱਖ ਮੰਤਰੀ ਟਾਈਮ ਦਿੰਦਾ। ਇਹ ਪੰਜਾਬ ਦੀ ਖੁਸ਼ਕਿਸਮਤੀ ਹੈ ਕਿ ਇੰਨਾ ਖੁੱਲ੍ਹਦਿਲੀ ਦੇ ਨਾਲ ਇੱਕ ਮੁੱਖ ਮੰਤਰੀ ਦੇ ਉੱਤੇ, ਯਾਰ ਜਦੋਂ ਮੁੱਖ ਮੰਤਰੀ ਛੋਟੇ ਵੀਰ ਬਣ ਜਾਂਦਾ ਉਹਦੀ ਤਾਂ ਉਹਦੀ ਦੇਖਣੀ ਹੋਰ ਹੋ ਜਾਂਦੀ, ਯਾਰ ਗਰਾਊਂਡ ਤੇ ਜੁੜਿਆ ਹੋਇਆ ਇਨਸਾਨ ਹੈ। ਅੱਜ ਉਹ ਛੋਟੇ ਸਾਡੇ ਛੋਟੇ ਭਰਾ ਨੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦਾ ਜਿਹੜਾ ਸਪਨਾ ਲਿਆ, ਪਰਮਾਤਮਾ ਕਰੇ ਉਹ ਬੜੀ ਜਲਦੀ ਸਾਕਾਰ ਹੋਵੇ ਜੀ। ਬਿਲਕੁਲ, ਮਾਨ ਸਾਹਿਬ ਦਾ ਸੁਪਨਾ ਉਹ ਤਾਂ ਹੀ ਪੂਰਾ ਹੋਊਗਾ ਜੇ ਅਧਿਕਾਰੀ ਜਿਹੜੇ ਬੈਠੇ ਨੇ, ਅਫਸਰ ਜਿਹੜੇ ਬੈਠੇ ਆ, ਜੇ ਕੰਟਰੋਲ 'ਚ ਹੋਣਗੇ। ਮੇਰਾ ਸਵਾਲ ਇਹ ਹੈ ਵੀ 2-2.5 ਸਾਲ ਹੋ ਗਏ ਜੀ ਨਗਰ ਕੌਂਸਲ ਦੇ ਅਧਿਕਾਰੀ ਸਾਡੀ ਗੱਲ ਦਾ ਜਵਾਬ ਹੀ ਨਹੀਂ ਦਿੰਦੇ। PR 7 ਰੋਡ ਦੇ ਉੱਤੇ ਜਿਹੜੀ ਸੜਕ ਹੈ, ਸੜਕ ਦੇ ਔਰ ਉਹ ਜਿਹੜੇ ਬਿਲਡਰ ਨੇ ਉਹਨਾਂ ਦੇ ਵਿਚਾਲੇ ਜਿੰਨੀ ਵੀ ਜਗ੍ਹਾ ਕਵਰ ਕੀਤੀ ਹੈ ਕਰੋੜਾਂ ਰੁਪਏ ਦੀ ਤੁਹਾਡੇ ਬਿਲਡਰਾਂ ਨੇ। ਹੁਣ ਇਸ ਟਾਈਮ ਬੰਦਾ ਭੇਜੋ, ਮੈਂ ਦਿਖਾ ਦਿੰਦਾ ਈਓ ਨੂੰ, ਮੈਂ ਗੱਲ ਕਰਦਾ ਇਹਨੂੰ ਜਦੋਂ ਦੇ ਜਦੋਂ ਵੀ ਗੱਲ ਹੋਈ। ਸਰ ਇੱਕ ਮਿੰਟ ਜੀ, ਮੇਰੀ ਗੱਲ ਸੁਣੋ। ਹਾਂਜੀ,
ਪਹਿਲੀ ਗੱਲ ਤਾਂ ਮੇਰਾ ਕੋਈ ਬਿਲਡਰ ਨਹੀਂ, ਨਾ ਮੈਂ ਆਪ ਬਿਲਡਰ ਨਹੀਂ ਸਰ, ਤੁਹਾਡੇ ਦੇਖਣੇ ਸ਼ਹਿਰ ਦੇ ਬਿਲਡਰ ਹੈ। ਦੇਖੋ ਇਸ ਟਾਈਮ ਸਾਰਾ ਤੁਹਾਡਾ ਹੈ ਜੀ, ਤੁਸੀਂ ਜ਼ਿੰਮੇਵਾਰੀ ਤੁਹਾਡੀ ਹੈ, ਤੁਹਾਡੇ ਅੰਡਰ ਅਧਿਕਾਰੀ ਨੇ, ਪਰ ਇਹਨਾਂ ਦਾ ਇੱਕ ਇੰਸਪੈਕਟਰ ਤੋਂ ਲੈ ਕੇ ਐਸ ਡੀ ਓ ਤੋਂ ਲੈ ਕੇ ਈ ਓ ਤੱਕ ਸਾਰਿਆਂ ਨੂੰ ਪਤਾ ਹੈ ਕਿ ਸਾਡੇ ਦੱਸਣ ਦੀ ਲੋੜ ਤਾਂ ਨਹੀਂ ਮੀਡੀਆ ਦਾ, ਇਹਨਾਂ ਨੂੰ ਕੱਲੀ ਕੱਲੀ ਗੱਲ ਦਾ ਪਤਾ, ਅੱਖਾਂ ਬੰਦ ਕਰਕੇ ਉੱਥੇ ਲੰਘ ਜਾਂਦੇ। ਮੇਰੇ ਹਲਕੇ ਦੇ ਵਿੱਚ ਭਾਵੇਂ ਕੋਈ ਅਫੀਸਰ ਹੈ, ਤੁਸੀਂ ਅੱਜ ਮੇਰੇ ਧਿਆਨ ਚ ਲਿਆਇਆ ਕਿ ਸਾਡੇ ਫੋਨ ਤੋਂ ਆਨਾਕਾਨੀ ਕਰਦੇ ਨੇ, ਮੈਂ ਜ਼ਰੂਰ ਤੁਹਾਨੂੰ ਵਿਸ਼ਵਾਸ। ਆਈ ਓ ਸਾਹਿਬ ਇੱਥੇ ਹੋਣੇ ਜੀ, ਪੁੱਛੋ ਇਹਨਾਂ ਨੂੰ, ਮੈਂ ਮਹੀਨੇ ਦੋ ਮਹੀਨੇ ਤੋਂ ਫੋਨ ਕਰ ਰਿਹਾ ਇਹਨਾਂ ਨੂੰ, ਪੁੱਛੋ, ਇਹਨਾਂ ਦੇ ਫੋਨ ਹੀ ਨਹੀਂ ਚੱਕਦੇ। ਮੇਰੀ ਬੇਨਤੀ ਹੈ ਤੁਸੀਂ ਮੈਸੇਜ ਛੱਡਦੇ ਆ, ਤੁਸੀਂ ਕਹਿੰਦੇ ਹੋ ਮੈਂ ਬਾਹਰ ਹਾਂ, ਮੈਂ ਅੰਦਰ ਹਾਂ, ਅਸੀਂ ਚਾਰ ਵਾਰ ਤੇ ਇੱਥੇ ਆ ਚੁੱਕੇ ਹਾਂ। ਵਾਈਟ ਮੇਰੇ ਨਾਲ ਲੈ ਲਓ ਨਾ, ਫਿਰ ਕਰ ਲਿਓ ਜੀ ਜੀ ਸਰ, ਥੈਂਕ ਯੂ। ਤੇ ਗੱਲ ਪਤਾ ਕੀ, ਛੋੜੋ ਨਹੀਂ, ਤੁਸੀਂ ਮੇਰੇ ਭਰਾ ਹੈਗੇ ਹੋ, ਈਓ ਨਹੀਂ ਕੰਮ ਕਰਦਾ ਤੁਹਾਡੀ ਇਹ ਸਾਰੀ ਗੱਲ 'ਚ ਵਿੱਚ ਆ ਗਈ ਜੀ, ਐਸਡੀਓ ਨਹੀਂ ਸੁਣਦਾ ਵਿੱਚ ਆ ਗਈ, ਐਮਐਲਏ ਤੁਹਾਡੀ ਗੱਲ ਨਹੀਂ ਸੁਣਦਾ ਉਹ ਵੀ ਵਿੱਚ ਆ ਗਈ। ਮੈਂ ਕੋਸ਼ਿਸ਼ ਕਰਾਂਗਾ, ਮੈਂ ਤੇ ਮੇਰਾ ਸਾਰਾ ਸਟਾਫ, ਤੁਹਾਡੇ ਜਿਹੜਾ ਮੀਡੀਆ ਫੋਰਥ ਪਿੱਲਰ ਹੈ, ਮੀਡੀਆ ਬਗੈਰ ਨਾ ਸਰਕਾਰਾਂ ਚੱਲਦੀਆਂ ਨੇ ਨਾ ਸਰਕਾਰਾਂ ਦੇ ਕੀਤੇ ਹੋਏ ਕੰਮ ਲੋਕਾਂ ਤੱਕ ਪਹੁੰਚਦੇ ਆ। ਫੋਰਥ ਪਿੱਲਰ ਮੀਡੀਆ ਸਮੇਤ ਐਮਐਲਏ ਸਮੇਤ ਐਸਡੀਐਮ ਸਮੇਤ ਸਾਡੇ ਪ੍ਰਸ਼ਾਸਨਿਕ ਅਧਿਕਾਰੀ ਈਓ ਐਸਡੀਓ ਸਾਹਿਬਾਨ, ਛੋਟੇ ਵੀਰ ਤੁਹਾਡੀ ਗੱਲ ਕਿਉਂ ਸੁਣ ਕਿਉਂ ਨਹੀਂ ਸੁਣਨਗੇ, ਤੁਸੀਂ ਤਾਂ ਬੈਕਬੋਨ ਹੋ ਪੰਜਾਬ ਦੀ ਰਾਜਨੀਤੀ ਦੀ। ਔਰ ਮੈਂ ਇਹ ਅੱਜ ਇਹਨਾਂ ਇੰਸਟਰਕਸ਼ਨਾਂ ਵੀ ਜਾਰੀ ਕਰਾਂਗਾ ਕਿ ਜਦੋਂ ਕੋਈ ਮੀਟਿੰਗ ਵੀ ਕਾਲ ਕਰਦੇ ਹੋ, ਜੇ ਤੁਸੀਂ ਕਿਸੇ ਪ੍ਰੈਸ ਵਾਲੇ ਭਰਾ ਦਾ ਜਵਾਬ ਨਹੀਂ ਦੱਸ ਸਕਦੇ, ਤੁਹਾਨੂੰ ਕਾਲ ਬੈਕ ਕਰਕੇ ਉਹਦਾ ਮੈਸੇਜ ਐਕਸੈਪਟ ਕਰਕੇ ਉਹਨੂੰ ਦੱਸੋ ਜੀ। ਔਰ ਵਿਸ਼ਵਾਸ ਰੱਖਿਓ, ਤੁਹਾਡਾ ਭਾਈ ਦੇਸੀ ਜਿਹਾ ਆਦਮੀ ਹੈ, ਪਰ ਅੰਗਰੇਜ਼ੀ ਬੋਲਣੀ ਆਉਂਦੀ ਹੈ ਮੈਨੂੰ, ਕਦੀ ਮੈਂ ਬੋਲਦਾ ਨਹੀਂ, ਦੇਸੀ ਆਦਮੀ ਹੈ ਜੀ ਮੈਂ, ਕਿਉਂਕਿ ਮੈਂ ਪੁਆਧਕ ਆਦਮੀ ਭਾਈ, ਮੇਰੇ ਤਾਂ ਗਰੀਬ ਸਾਲ ਆ ਗਿਆ ਤਾਂ ਬਸ ਉਹ ਬੜੇ ਬੜੇ ਲੋਕ ਆ ਗਏ ਮਾਰੇ ਕਰਮ ਜਾ ਕੇ, ਇਹ ਤੁਹਾਡੇ ਪਿਆਰ ਦੇ ਸਤਿਕਾਰ ਕਰਕੇ ਤੁਸੀਂ ਇਸ ਸੀਟ ਤੇ ਤੁਹਾਨੂੰ ਲੋਕਾਂ ਨੇ ਪਹੁੰਚਾਇਆ। ਆਹ ਜਿਹੜਾ ਨਾ ਜੀ, ਇਹ ਜਿਹੜਾ ਤੁਸੀਂ ਚਲਾਇਆ ਇਸ ਸੀਟ ਤੇ ਪਹੁੰਚਣ ਵਾਸਤੇ, ਇਹਦਾ ਬਹੁਤ ਵੱਡਾ ਰੋਲ ਹੈ। ਜਦੋਂ ਤੁਸੀਂ ਆ ਕੇ ਇਹ ਸੰਘ ਚ ਫਸਾਉਂਦੇ ਹੋ ਨਾ, ਸੱਚ ਬੋਲਣ ਨੂੰ ਦਿਲ ਕਰਦਾ ਫਿਰ ਵੀ ਆਹ ਚੀਜ਼ ਤਾਂ ਲੋਕ ਘੱਟੋ ਘੱਟ ਜਿਹੜੀ ਆ ਸ਼ਬਦਾਂ ਦੀ ਤਾਕਤ ਹੈ, ਇਹ ਤੁਹਾਡਾ ਚੈਨਲ ਏ ਵਨ ਚੈਨਲ ਹੈ, ਲੋਕਾਂ ਤੱਕ ਇੱਕ ਆਪਣੇ ਹਲਕੇ ਦੇ ਸੇਵਾਦਾਰ ਦੀ ਆਵਾਜ਼ ਨੂੰ ਪਹੁੰਚਾਉਣਗੇ। ਔਰ ਮੈਂ ਤਾਂ ਅੱਜ ਪੰਜਾਬੀਆਂ ਨੂੰ ਬੇਨਤੀ ਕਰਦਾ, ਕੋਈ ਗੱਲ ਨਹੀਂ, ਜਿੱਤ ਹਰ ਬਣੀ ਹੋਈ ਹੈ ਸਾਡੇ, ਅਸੀਂ ਸਾਡਾ ਰਿਜ਼ਲਟ ਏਡਾ ਚੰਗਾ ਨਹੀਂ ਐਮਪੀ ਇਲੈਕਸ਼ਨ 'ਚ ਅਸੀਂ ਦੇ ਸਕੇ, ਤੁਸੀਂ ਕਿਉਂਕਿ ਧੂਤੇ 'ਚ ਥੋੜ੍ਹੀ ਦੇਰ ਬਾਅਦ ਮੈਨੂੰ ਪੁੱਛ ਹੀ ਲੈਣਾ ਸੀ, ਫਿਰ ਰਿਜ਼ਲਟ ਪੂਰਾ ਵਧੀਆ ਨਹੀਂ ਦੇ ਸਕੇ, ਲੇਕਿਨ 26% ਵੋਟ ਸੀ ਅਤੇ ਅੱਜ ਵੀ ਆਮ ਆਦਮੀ ਪਾਰਟੀ ਹੈ, ਅੱਜ ਵੀ ਕੋਈ ਸਾਡੀ ਸਾਡਾ ਬਾਹੂਬਲੀ ਤਕੜਾ, ਸਾਡਾ ਸੀਐਮ ਤਕੜਾ, ਉਧਰ ਅਰਵਿੰਦ ਕੇਜਰੀਵਾਲ ਦੀ ਜਿਹੜੀ ਸੈਨਾ, ਉਹ ਜੋ ਕਮਿਟਮੈਂਟ ਕਰਦੀ ਹੈ ਪੂਰੀ ਕਰਦੀ ਹੈ। ਲੇਕਿਨ ਮੈਂ ਛੋਟੇ ਵੀਰ, ਮੈਂ ਇੱਥੇ ਜਦੋਂ ਐਮਐਲਏ ਬਣਿਆ, ਜਿੱਥੇ ਹੱਥ ਪਾਇਆ ਉੱਥੇ ਹੀ ਗੰਦ ਨਿਕਲਿਆ, ਸੀਵਰੇਜ ਪੱਟਿਆ ਗੰਦ ਨਿਕਲਿਆ, ਆਹ ਕੁਰਸੀਆਂ ਦੇ ਉੱਪਰ ਗੰਦ ਪਿਆ ਸੀਗਾ ਜੀ, ਉਹ ਪਰਲੀਆਂ ਕੁਰਸੀਆਂ ਤੇ ਗੰਦ ਪਿਆ ਸੀਗਾ, ਆਹ ਤੁਹਾਡੇ ਸਾਹਮਣੇ 350-350 ਕਰੋੜ ਰੁਪਈਏ ਨਾਲ ਤੁਹਾਡੇ ਈਓ ਸਹਿਮਾਨ ਜਿਹੜੇ ਜੇਲ੍ਹਾਂ 'ਚ ਵੀ ਜਾਏ। ਅੱਜ ਫਿਰ ਸ਼ੁਕਰ ਕਰੋ, ਉਹ 350 ਕਰੋੜ ਵਾਲੇ ਤਾਂ ਕਿਸੇ ਨੂੰ ਮਿਲਦੇ ਹੀ ਨਹੀਂ ਸੀ, ਇਹ ਤਾਂ ਇਕੱਲਾ ਫੋਨ ਹੀ ਘੱਟ ਵੱਧ ਸੁਣਦੇ ਹੋਣਗੇ। ਲੇਕਿਨ ਵਿਸ਼ਵਾਸ ਰੱਖਿਓ, ਤੁਹਾਡੇ ਭਰਾ ਦਾ ਵਾਅਦਾ, ਫੋਰਥ ਪਿੱਲਰ ਪਲੱਸ ਪ੍ਰਿੰਟ ਮੀਡੀਆ ਚੈਨਲ ਜਿੰਨੇ ਵੀ ਅਖਬਾਰਾਂ ਨੇ, ਅੱਜ ਕੁਲਜੀਤ ਰੰਧਾਵਾ ਜੇ ਹਲਕੇ ਦਾ ਸੇਵਾਦਾਰ ਬਣਿਆ ਤਾਂ ਮੀਡੀਆ ਦਾ ਬਹੁਤ ਵੱਡਾ ਰੋਲ ਰਿਹਾ। ਅੱਜ ਦੇ ਦਿਨ ਤੱਕ ਹਰ ਰੋਜ਼ ਹਰ ਇੱਕ ਐਕਟੀਵਿਟੀ ਵੀ ਨਿਊਜ਼ ਪੇਪਰਾਂ 'ਚ ਮੇਰੇ ਪ੍ਰੈਸ ਵਾਲੇ ਨੇ ਵੀਰਾਂ ਨੇ ਮੇਰੇ ਕੰਮ ਨੂੰ ਲੋਕਾਂ ਤੱਕ ਭੇਜਿਆ, ਇਸ ਕਰਕੇ ਲੋਕਾਂ ਨੇ ਤੁਹਾਡੇ ਭਰਾ ਨੂੰ ਵੋਟ ਪਾਈ, ਇਸ ਕਰਕੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੋਟ ਪਾਈ, ਇਹਨਾਂ ਵੋਟਾਂ ਦੀ ਬਦੌਲਤ ਅੱਜ ਮੁੱਖ ਮੰਤਰੀ ਹੈ, ਇਹਨਾਂ ਵੋਟਾਂ ਦੀ ਬਦੌਲਤ ਮੈਂ ਐਮ ਐਲ ਏ ਹਾਂ। ਵਿਸ਼ਵਾਸ ਰੱਖਿਓ, 3 ਸਾਲ ਬਾਕੀ ਪਏ ਆ, ਤੁਕੀ ਕਰਦਾ ਜੀ, ਨਿਧੜਕ ਹੋ ਕੇ ਹਰ ਗੱਲ ਦਾ ਜਵਾਬ ਦੇ ਰਹੇ ਨੇ, ਇਸੇ ਕਰਕੇ ਲੋਕਾਂ ਦੇ ਵਿੱਚ ਹਰਮਨ ਪਿਆਰੇ ਨੇ ਰੰਧਾਵਾ ਸਾਹਿਬ। ਅਤੇ ਮੈਂ ਸਰ ਲਾਸਟ ਸਵਾਲ ਹੈ, ਇੱਕ ਇਹਨਾਂ ਨੂੰ ਹਦਾਇਤ ਜ਼ਰੂਰ ਦਿਓ, ਮੈਂ ਜਿਹੜੀ ਅਸੀਂ ਮੀਡੀਆ ਇਹਨਾਂ ਦੇ ਧਿਆਨ 'ਚ ਲਿਆਉਂਦਾ, ਉਹ ਸਾਡਾ ਵੀ ਦੇਖੋ, ਕੋਈ ਸਾਡੀ ਨਿੱਜੀ ਪ੍ਰੋਪਰਟੀ ਨਹੀਂ ਕੁਛ ਨਹੀਂ, ਸਾਡਾ ਕੰਮ ਹੈ ਦਿਖਾਉਣਾ, ਉਹਨੂੰ ਰੋਕਣਾ ਪ੍ਰਸ਼ਾਸਨ ਦਾ ਕੰਮ ਹੈ, ਉਹ 'ਤੇ ਹਦਾਇਤ ਕਰਨਾ ਤੁਹਾਡਾ ਕੰਮ ਹੈ, ਅਤੇ ਇਹ ਜਿੰਨੇ ਵੀ ਅਧਿਕਾਰੀ ਬੈਠੇ ਨੇ ਸਾਡੇ ਮੀਡੀਆ ਰਾਹੀਂ ਸੁਣਦੇ ਨੇ,
ਤੇ ਇਹ ਕੋਈ ਤੁਹਾਡਾ ਵੀ ਪਰਸਨਲ ਕੰਮ ਨਹੀਂ, ਇਹ ਸਰਕਾਰ ਜੇ ਹੈਗੀ ਆ ਤਾਂ ਉਹਦੇ ਆਖੇ ਲੱਗਣਾ, ਉਹਦੀ ਇੱਜ਼ਤ ਬਣਾਉਣਾ ਸਾਰਿਆਂ ਦਾ ਆਪਣਾ ਕੰਮ ਹੈ ਰਲ ਕੇ, ਵਿੱਚ ਹੀ ਅਸੀਂ ਮੀਡੀਆ ਵਾਲੇ। ਜਦੋਂ ਸਾਡੇ ਮੁੱਖ ਮੰਤਰੀ ਸਿਰਫ ਇੱਕ ਪਾਰਟੀ ਦੇ ਨਹੀਂ, ਇਸ ਟਾਈਮ ਪੂਰੇ ਪੰਜਾਬ ਦੇ ਮੁੱਖ ਮੰਤਰੀ, ਜੇ ਰੰਗਲਾ ਪੰਜਾਬ ਬਣੂਗਾ ਕਿਸੇ ਇੱਕ ਲਈ ਨਹੀਂ, ਸਾਰਿਆਂ ਲਈ ਬਣੂਗਾ। ਤੇ ਲਾਸਟ ਦੇ ਵਿੱਚ ਉਹੀ ਹੈ ਜੀ, PR 7 ਦੇ ਆਲੇ ਦੁਆਲੇ ਬਿਲਡਰਾਂ ਨੇ ਜਿਹੜੇ ਕਬਜ਼ੇ ਕੀਤੇ, ਉਹਨਾਂ ਤੇ ਕਿਹਦੀ ਜ਼ਿੰਮੇਵਾਰੀ ਬਣਦੀ ਹੈ, ਪਲੀਜ਼ ਉਹ ਇਹਨਾਂ ਨੂੰ ਇੱਕ ਵਾਰ ਜ਼ਰੂਰ। ਮੈਂ ਜਿਹੜੀ ਤੁਸੀਂ PR 7 ਤੇ ਕਬਜ਼ਿਆਂ ਦੀ ਗੱਲ ਕੀਤੀ ਹੈ ਜੀ, ਛੋਟੇ ਵੀਰ, ਜਿਹੜਾ ਤਾਂ ਕੋਈ ਅਣਦੇਖੇ ਦੇਖੇ ਕੁਛ ਹੋਇਆ ਮੈਂ ਕਹਿ ਨਹੀਂ ਸਕਦਾ, ਪਰ ਮੈਂ ਅੱਜ ਹੀ ਯੂ ਸਾਹਿਬ ਨੂੰ ਹਦਾਇਤਾਂ ਕਰਨਾ ਸੰਬੰਧਿਤ ਸਟਾਫ ਨੂੰ ਵੀ, ਜੇ ਕਿਤੇ ਕੋਈ ਨਜਾਇਜ਼ ਕਬਜ਼ਾ ਕਿਸੇ ਨੇ ਬਿਲਡਰ ਨੇ ਕੋਈ ਇਹੋ ਜਿਹਾ ਕੀਤਾ, ਉਹਨੂੰ ਜਲਦੀ ਖਾਲੀ ਕਰਵਾਉਣ ਦੀ ਇਹਨਾਂ ਨੂੰ ਹਦਾਇਤ ਕੀਤੀ ਜਾਂਦੀ ਹੈ। ਤੇ ਨਾਲ ਹੀ ਮੈਂ ਜਿਹੜਾ ਤੁਸੀਂ ਰੰਗਲਾ ਪੰਜਾਬ ਦੀ ਗੱਲ ਕੀਤੀ ਹੈ, ਮੇਰਾ ਜ਼ੀਰਕਪੁਰ ਸ਼ਹਿਰ ਲਗਭਗ 6-7 ਲੱਖ ਦੀ ਆਬਾਦੀ ਦਾ, ਏਡਾ ਹੋ ਚੁੱਕਿਆ, ਕਈ ਜਗ੍ਹਾ ਆਪਾਂ ਪਹੁੰਚ ਵੀ ਨਹੀਂ ਸਕਦੇ, ਲੇਕਿਨ ਮੇਰੇ ਲੋਕਾਂ ਨੇ ਬਹੁਤ ਪਾਰਟੀ ਬਾਈ ਤੋਂ ਉੱਪਰ ਉੱਠ ਕੇ ਮੇਰਾ ਸਾਥ ਦਿੱਤਾ। ਔਰ ਤੁਸੀਂ ਪਿਛਲੇ ਦਿਨਾਂ 'ਚ ਦੇਖਿਆ ਹੋਏਗਾ ਪੰਜਾਬ ਦੇ ਵਿੱਚ ਮਹੱਲਾ ਕਲੀਨਿਕ, ਸਕੂਲਾਂ, ਸੜਕਾਂ ਦੇ ਦੇਖੋ, ਜਿਹੜਾ ਪਾਣੀ, ਸਿਹਤ ਸਹੂਲਤਾਂ ਤੇ ਸਕੂਲ ਚੰਗੇ ਦੇਣਾ ਸਭ ਤੋਂ ਪਹਿਲੇ ਬੁਨਿਆਦੀ ਹੱਕ ਸੀਗੇ ਜਿਹੜੇ ਅਰਵਿੰਦ ਕੇਜਰੀਵਾਲ ਸਾਹਿਬ ਨੇ ਇੱਕ ਪੰਜਾਬ ਦੇ ਵਿੱਚ ਇੱਕ ਦੀਵੇ ਦੇ ਰੂਪ 'ਚ ਭਗਵੰਤ ਮਾਨ ਨੂੰ ਸਾਨੂੰ CM ਦਿੱਤਾ, ਉਹ ਬਹੁਤ ਵਿਜ਼ਨੀ ਹੈ। ਵਿਸ਼ਵਾਸ ਰੱਖਿਓ ਇਸ ਚੈਨਲ ਤੇ, ਜਦੋਂ ਤੁਸੀਂ ਯਾਦ ਕਰੋਗੇ ਮੈਂ ਔਰ ਮੇਰਾ ਸਾਰਾ ਸਟਾਫ ਕਿਸੇ ਆਫਿਸਰ ਨਾਲ ਤੁਸੀਂ ਚਾਹੋਗੇ ਓਪਨ ਡਿਬੇਟ ਕਰਾਂਗੇ, ਕੋਈ ਪਰਦੇ ਵਾਲੀ ਗੱਲ ਨਹੀਂ ਕਰਾਂਗੇ। ਝੋਲੇ ਵਾਲਾ MLA ਹੈ ਨਹੀਂ, ਇਹ ਲੋਕਾਂ ਦੀ ਦੇਣ ਹੈ। ਇਹ ਲੋਕਾਂ ਨੇ ਛੋਟੇ ਵੀਰ ਬਹੁਤ ਪਿਆਰ ਦਿੱਤਾ, ਮੈਂ ਇੱਕ ਸਧਾਰਨ ਕਿਸਾਨ ਦਾ ਪੁੱਤ ਸੀਗਾ, ਮੈਂ ਕਦੀ ਵਿਧਾਨ ਸਭਾ ਦੀ ਪੌੜੀਆਂ, ਨਾ ਮੇਰਾ ਬਾਬਾ ਨਾ ਮੇਰਾ ਬਾਪੂ ਵਿਧਾਨ ਸਭਾ ਕੋਈ MP ਰਿਹਾ ਨਾ MLA ਰਿਹਾ, ਇਹ ਹਲਕੇ ਨੇ ਥੋੜ੍ਹਾ ਪਿਆਰ ਦਿੱਤਾ। ਮੈਂ ਜ਼ਿੰਦਗੀ ਪਰ ਭੁੱਲ ਸਕਦਾ, ਮੈਂ ਹਰ ਦਿਨ ਜਾਨ ਫੂਕ ਦਾਂਗਾ ਆਪਣੇ ਹਲਕੇ ਵਾਸਤੇ, ਮੈਂ ਪੋਲੀਟੀਕਲ ਹੋ ਕੇ ਨਹੀਂ ਕੰਮ ਕਰੂੰਗਾ। ਮੈਂ ਠੀਕ ਹੈ ਜਜ਼ਬਾਤੀ ਜ਼ਰੂਰ ਹੈ, ਪਰ ਮੈਂ ਜੋ ਮੈਂ ਕਹਿਣਾ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਹਲਕੇ ਦੇ ਲੋਕਾਂ ਨੂੰ ਉਹ ਪੂਰਾ ਦੇ ਸਕਾਂ। ਹੁਣ ਜਿਵੇਂ ਮਾਨ ਸਾਹਿਬ ਉਹਨਾਂ ਨੇ ਅਤੇ ਜਿਹੜੀ ਪੰਜਾਬ ਦੀ ਟਰਾਂਸਪੋਰਟ ਦੀ ਮੈਨੂੰ ਵਿੰਗ ਦੀ ਜ਼ਿੰਮੇਵਾਰੀ ਦਿੱਤੀ ਹੈ, ਮੈਂ ਤੁਹਾਡੇ ਚੈਨਲ ਦੇ ਥਰੂ ਬੇਨਤੀ ਕਰਦਾ ਟਰਾਂਸਪੋਰਟਰ ਵੀਰਾਂ ਨੂੰ ਵੀ, ਇੰਡਸਟਰੀ ਵਾਲੇ ਵੀਰਾਂ ਨੂੰ ਵੀ, ਆਵਾਂਗੇ ਰਲ ਮਿਲ ਬੈਠ ਕੇ ਇਹ ਸਾਰੇ ਮਸਲੇ ਹੱਲ ਕਰਾਵਾਂਗੇ। EO ਦਫ਼ਤਰ ਦੇ ਜਿਹੜੇ ਕੰਮਕਾਰ ਹੈ, ਜਿਹੜਾ ਛੋਟੇ ਵੀ ਤੁਸੀਂ ਗਿਲਾ ਜ਼ਾਹਰ ਕੀਤਾ, ਆਪਾਂ ਆਪਣੀ ਝੋਲੀ 'ਚ ਪਾਉਂਦੇ ਹਾਂ, ਸਵੀਕਾਰ ਕਰਦੇ ਹਾਂ। ਵਿਸ਼ਵਾਸ ਰੱਖਿਓ ਜੋ ਮੈਂ ਕਿਹਾ ਉਹੀ ਹੋਊਗਾ, ਇਹਨਾਂ ਤੋਂ ਭਿੰਨ ਨਹੀਂ ਹੋਊਗਾ। ਇਹ ਜਿਹੜੇ MC ਸਾਹਿਬਾਨ ਜਿਨ੍ਹਾਂ ਨੇ ਅੱਜ ਮੀਟਿੰਗ ਕੀਤੀ ਹੈ, ਬਲਾਕ ਪ੍ਰਧਾਨ ਸਾਹਿਬਾਨ ਜਿਹੜੇ ਅੱਜ ਮੇਰੇ ਨਾਲ ਰਲ ਮਿਲ ਬੈਠੇ ਆ, ਇਹ ਵਿਚਾਰ ਚਰਚਾ ਇਸੇ ਇਸ਼ੂ ਨੂੰ ਲੈ ਕੇ ਕੀਤੀ ਹੈ ਜਿਹੜੀ ਤੁਸੀਂ ਚਰਚਾ ਕੀਤੀ ਸੀ। ਕਿਤੇ ਨਾ ਕਿਤੇ ਸਰਕਾਰ ਵੱਲੋਂ ਸਾਡੇ ਨੂੰ ਕਮੀਆਂ ਰਹੀਆਂ ਹੋਣਗੀਆਂ 2 ਸਾਲਾਂ 'ਚ, ਲੋਕਾਂ ਦੀ ਨਾਰਾਜ਼ਗੀ ਵੀ ਅਸੀਂ ਫੇਸ ਕੀਤੀ ਹੈ, ਲੇਕਿਨ ਅਭੀ 3 ਸਾਲ ਹਮਾਰੇ ਬਾਕੀ ਹੈ, ਇਹ ਪੁਆਧ ਕਾ ਲਾਗਾ ਬਾਈ, ਜੋ ਦੇਖ ਲੈ ਇਹ ਸਭ ਕੁਛ ਕਰਦੇ ਜੇ ਕਰਨੇ ਪਰਵਾਵਾ, ਜਿਹੜਾ ਥਾਰਾ ਧੂਤਾ ਚਲਾ ਬਾਈ, ਕਿਆ ਬਾਤ ਹੈ ਬਾਈ, ਸਵਾਦ ਆ ਗਿਆ ਬਾਈ, ਧੰਨਵਾਦ, ਬਹੁਤ ਧੰਨਵਾਦ। ਜਦੋਂ ਕੋਈ ਬੰਦਾ ਕਹਿੰਦਾ ਵੀ ਹਾਂ ਸਮੇਂ ਦੇ ਮੁਤਾਬਕ ਗਲਤੀਆਂ ਇਨਸਾਨ ਕਰਦਾ ਹੈ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਬਹੁਤ ਕੁਛ ਕਰ ਸਕਦਾ। ਇਸੇ ਤਰ੍ਹਾਂ ਇਹਨਾਂ ਨੇ ਕਿਹਾ ਸਰਕਾਰ ਬਣੀ ਆ, ਨਵੀਂ ਸਰਕਾਰ ਸੀ, ਪਹਿਲੀ ਵਾਰ ਸੱਤਾ ਦੇ ਵਿੱਚ ਆਇਆ, ਕੁਛ ਨਾ ਕੁਛ ਗਲਤੀਆਂ ਹੋਈਆਂ ਹੋਣੀਆਂ, ਤਾਂ ਲੋਕਾਂ ਦੀ ਨਾਰਾਜ਼ਗੀ ਵੀ ਇਹਨਾਂ ਨੇ ਝੱਲੀ ਹੈ। ਆਉਣ ਵਾਲੇ ਦਿਨਾਂ ਵਿੱਚ ਸਮਾਂ ਬਹੁਤ ਪਿਆ, ਹਰ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਹਿੰਦੇ ਕੀਤੀ ਜਾਊਗੀ, ਤਾਂ ਜੋ ਜਿਹੜੇ ਰੰਗਲੇ ਪੰਜਾਬ ਦਾ ਸੁਪਨਾ ਮਾਨ ਸਾਹਿਬ ਨੇ ਤੇ ਇਹਨਾਂ ਸਾਰੇ MLA ਨੇ ਦੇਖਿਆ ਉਹ ਪੂਰਾ ਹੋ ਸਕੇ।